ਅਸਲਾਮੁਅਲੈਕਮ ਵੈਲਕਮ ਟੂ ਥਿਸ ਵੀਡੀਓ ਮੈਂ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋ ਸੋ ਤਾਂ ਮੈਂ ਆਈ ਹਾਂ ਵਨ ਸਟਾਪ ਪਿਛਲੀ ਵੀਡੀਓ ਚ ਵੀ ਮੈਂ ਪਾਉਂ ਲੇਡਿਸ਼ ਨਹੀਂ ਲਿਖੀ ਜੀ ਵੀਡੀਓ ਸ਼ੇਅਰ ਕੀਤੀ ਸੀ ਜਿਸ ਨੇ ਵਿੱਚ ਖਾਲੀ ਮੈਟੋਇਸ ਵਗੈਰਾ ਸ਼ੇਅਰ ਕੀਤੇ ਸੀ ਤਾਂ ਇਹਦਾ ਹੀ ਮਾਰਕੀਟ ਮੜੀ ਪੈਨ ਪੁੱਛਣੀ ਸੀ ਜੇ ਮਾਰਕੀਟ ਉਥਾਈ ਹੈ ਅਜਿੱਥੇ ਬਕਸਿਆਂ ਵਾਲੀ ਸ਼ਾਪ ਹੀ ਨਾ ਤਾਂ ਦੂਸਰਾ ਡਿਕਸੀ ਨਾਲ ਇੱਥੋਂ ਇਹ ਰਸਤਾ ਅੰਦਰ ਜਾਣਾ ਆ ਅੱਗੇ ਜਾਓ ਨਾ ਤਾਂ ਫਿਰ ਉਥਾ ਕਪੜਿਆਂ ਵਾਲੀ ਸ਼ਾਪ ਹੋਣੀ ਹੈ ਤਾਂ ਦਿੱਕਾ ਜੇ ਬਾਜ਼ਾਰ ਆ ਤਾਂ ਉੱਥੇ ਨਾ ਕਾਫੀ ਸਾਰੀਆਂ ਚੀਜ਼ਾਂ ਤੁਸਾਂ ਕਿ ਲੱਭੀ ਜਾਂਦੀਆਂ ਤਾਂ ਮੈਂ ਉਥੋਂ ਨਾ ਜਿਹੜਾ ਥਾਣਾ ਵਾਲਾ ਕਪੜਾ ਹੋਣਾ ਨਾ ਉਹ ਮੈਂ ਆਣੀ ਹੋਣੀ ਆ ਉਥੋਂ ਪਹਿਲੇ ਤਾਂ 1 ਪਾਉਂਡ ਪਰ ਮੀਟਰ ਕਈ ਵਾਰੀ ਲੱਭੀ ਜਾਣਾ ਸੌਂ ਥੋੜਾ ਮਹਿੰਗਾ ਹੋਈ ਗਿਆ ਤਾਂ ਕਪੜੇ ਨੇ ਡਿਜ਼ਾਈਨ ਵੀ ਕੁਝ ਖਾਸ ਦੀ ਸੀ ਇਸ ਵਾਰ ਵੀ ਕਿ ਇੱਕ ਆ ਕਪੜਾ ਚੰਗਾ ਲਾਸਾ ਲਾਸਟ ਟਾਈਮ ਵਿੱਚ ਜਿਹੜਾ ਪਾਇਆ ਸੀ ਤਾਂ ਫਿਰ ਮੈਂ ਉਹ ਕਿ ਨਹੀਂ ਆਈਆਂ ਪਰ ਮੈਂ ਅਜੇ ਸ਼ੇਅਰ ਨਾ ਕਰੀ ਜੇ ਲਖਰਾ ਉਸਨੇ ਨਾਲ ਮੈਂ ਕੁਝ ਬਣਾਇਆ ਨਾ ਤਾਂ ਫਿਰ ਸ਼ੇਅਰ ਕਰਸਾ ਤਾਂ ਹੁਣ ਮੈਂ ਫਿਰ ਪੌਨਲਾਈਨ ਆਈਆਂ ਠੀਕ ਇੱਥੇ ਮੈਂ ਟਕਸਾਂ ਸਾਰੀਆਂ ਚੀਜ਼ਾਂ ਤੇ ਬੀਕੀ ਕਾਫੀ ਚੰਗੀਆਂ ਲੱਗੀਆਂ ਸਿਆ ਇੱਥਾ ਮੈਂ ਕਾਫੀ ਹੁਣ ਕੁਆਲਿਟੀ ਨੜੀ ਇੰਪਰੂਵ ਹੋ ਗਈ ਆ ਲੇਕਿਨ ਪ੍ਰਾਈਸਾਂ ਵੀ ਹਾਈ ਹੋ ਗਈਆਂ ਉਸਨੇ ਹਿਸਾਬ ਨਾਲ ਤਾਂ ਇੱਥੇ ਹੁਣ ਸਾਰੀਆਂ ਬਾਥਰੂਮ ਨੇ ਰਿਲੇਟਿਡ ਚੀਜ਼ਾਂ ਸਿਆ ਕਾਫੀ ਸਾਰੀਆਂ ਤੇ ਜੜੀਆਂ ਡੈਕੋਰੇਸ਼ਨ ਦੀਆਂ ਚੀਜ਼ਾਂ ਸਿਆ ਨਾ ਕਾਫੀ ਅੱਛੀ ਕੁਆਲਿਟੀ ਨੀਆਂ ਸਿਆ ਇਹ ਹੈ ਜਿਹੜਾ ਲਾਈਟ ਦੇ ਕਲਰ ਨਾਲ ਅੱਜ ਕੱਲ ਕਾਫੀ ਟ੍ਰੈਂਡੀ ਚੱਲਣਾ ਪਿਆ ਆ ਵੀ ਕੀ ਨਾ ਇਹ ਬਲੈਂਡ ਦੇ ਕਲਰ ਲੱਗਦੇ ਰੰਗ ਥੋੜੇ ਸੇ ਬ੍ਰਾਈਟ ਚੰਗੇ ਲੱਗਦੇ ਕਰਾ ਵੀ ਚੋਣਦਾ ਤੇ ਇਥੇ ਤਾਂ ਕੋਈ ਜੜ ਕੇ ਨਾ ਇਜਾਰਜ ਜਿਹੇ ਇਸਦੀ ਪ੍ਰਾਈਸ ਕੈਸੀ ਇੱਕ ਕੋਪਨ ਤਾਂ ਕੁਝ ਫਿਰੀਆਂ ਸੀ ਕੋਪਨ 50 ਫਿਰੀਆਂ ਆ ਸਬਥਿੰਗ ਲਿਖਿਆ ਹੱਸਾ ਤੇ ਇਥੇ ਮੇਕਅਪ ਆਰਗੇਨਾਈਜ਼ਰ ਵੀ ਇਥੇ ਆਸ ਆਇਆ ਇਹ ਵੀ ਕਾਫੀ ਚੰਗੀ ਕੁਆਲਿਟੀ ਸੀ ਇਸਦੀ ਵੀ ਤੁਸੀਂ ਆਪਣੀ ਮਰਜ਼ੀ ਦੇ ਮਤਾਬਕ ਇੰਨਾ ਕਿ ਜਿੱਥੇ ਤੁਹਾਨੂੰ ਕਿ ਜ਼ਰੂਰਤ ਆਇਆ ਕਰੇ ਵਿੱਚ ਯੂਜ਼ ਕਰੀ ਸਕਦੇ ਹੋ ਜ਼ਰੂਰੀ ਨਹੀਂ ਆ ਕਿ ਮੇਕਅਪ ਵਸਤੇ ਯੂਜ਼ ਕਰੋ ਇਹ ਵੀ ਕਿ ਥੋੜਾ ਜਿਹਾ ਮੈਂ ਘਲ ਲਗਾਇਆ ਚਾਰ ਪਾਊਡਰ ਆਇਆ ਹੈ ਪਾਊਡਰਲੈਟ ਕਾਫੀ ਬਿਜ਼ੀ ਸਾ ਹੌਸ ਦਾੜਾ ਜਿੱਥੇ ਮੈਂ ਗਈ ਸੀ ਜਾਂ ਤੇ ਇਤਨੇ ਬੰਦੇ ਸ਼ਾਪਿੰਗ ਕਰਨ ਦੇ ਸਪੈਸ਼ਲੀ ਜਿਹੜਾ ਕਿਚਨ ਵਾਲੀਆਂ ਚੀਜ਼ਾਂ ਹੋਣਗਾ ਜਾਂ ਡੈਕੋਰੇਸ਼ਨ ਵਾਲੀਆਂ ਇਹ ਲਈ ਇਹ ਦੋ ਸੈਕਸ਼ਨ ਕਾਫੀ ਬਿਜ਼ੀ ਹੋਣੇ ਤੇ ਸਾਰੇ ਇਹ ਚੀਜ਼ਾਂ ਤੱਕ ਨੇ ਹੋ ਰਿਹਾ ਤਾਂ ਇਸ ਬਾਰੇ ਉਹ ਨਾ ਮੈਂ ਇੱਥੇ ਜਲਦੀ ਜਲਦੀ ਵੀਡੀਓ ਬਣਾਈ ਸੀ ਜਿੱਲਾ ਵੀ ਕਿ ਮੌਕਾ ਲੱਗਣਾ ਨਾ ਤਾਂ ਉੱਥੇ ਮੈਂ ਵੀਡੀਓ ਬਣਾਈ ਕਿੰਨੀਆਂ ਇੱਥੇ ਪਾਉਣ ਲੈਣ ਦੀ ਕੋਈ ਲਾਈਟਿੰਗ ਚੰਗੀ ਐ ਤੇ ਇੱਥੇ ਜਿਹੜਾ ਇਤਨੀ ਕੋੜੀ ਬਲਰ ਹੋਣਾ ਆਪਣੀਆਂ ਸ਼ਾਪਾਂ ਪਰ ਕੁਰਾ ਵੀ ਜਿੱਥੇ ਸ਼ਾਪਿੰਗ ਕਰੋ ਨਾ ਉੱਥੇ ਵੀਡੀਓ ਜੈਸੀ ਮੈਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਨਾ ਉੱਥੇ ਨਾ ਕਿ ਕੈਮਰਾ ਝਲਕਣ ਲਈ ਬਣਾ ਪਤਾ ਨਹੀਂ ਕੋਈ ਸੈਟਿੰਗ ਵਿੱਚ ਕੋਈ ਪ੍ਰੋਬਲਮ ਗਈ ਆ ਕਿ ਤਾਂ ਵੈਸੇ ਜਿਹੜਾ ਨਾ ਆਲਮ ਰਾਖ ਵਗੈਰਾ ਇੱਕ ਦੋ ਦਫਾ ਮੈਂ ਬਣਾਈ ਸੀ ਵੀਡੀਓ ਲੇਕਿਨ ਉੱਥੇ ਨਾ ਮੈਂ ਪੁੱਛਿਆ ਕਿ ਮੈਂ ਇਜਾਜ਼ਤ ਹੀ ਵੀਡੀਓ ਬਣਾਣੇ ਨਹੀਂ ਤਾਂ ਉਹਨਾਂ ਹੀ ਅਜੇ ਨਹੀਂ ਇਜਾਜ਼ਤ ਤਾਂ ਆਪਣੀ ਸ਼ਾਪਾਂ ਵਿੱਚ ਨਾ ਕੱਟ ਇਸ ਤਰ੍ਹਾਂ ਵੀਡੀਓ ਬਣਾਉਂਦੇ ਹਾਲਾਂਕਿ ਉਹਨਾਂ ਦੀ ਫ੍ਰੀ ਪ੍ਰੋਮੋਸ਼ਨ ਹੋਣੀ ਹੋਣੀ ਆ ਇਸਨੇ ਬਾਵਜੂਦ ਜਿਹੜਾ ਨਾ ਉਹ ਬਣਾ ਕਰੀ ਛੰਨੇ ਤਾਂ ਇਸ ਵਾਰੇ ਫਿਰ ਮੈਂ ਕੱਟ ਬਣਾਣੀ ਹੋਣੀ ਆ ਤਾਂ ਇੱਥੇ ਪਾਉਲੈਂਡ ਵਗੈਰਾ ਅੱਛਾ ਤਾਂ ਫਿਰ ਮੈਂ ਇੱਥੇ ਵੀਡੀਓ ਬਣਾਈ ਕਿੰਨੀ ਆ ਕਿਹਾ ਕਿ ਜ਼ਿਆਦਾਤਰ ਲੋਕ ਪਾਉਲੈਂਡ ਇੱਥੇ ਅੱਛੇ ਨੇ ਤਾਂ ਡੇਲੀ ਰੁਟੀਨ ਵਿੱਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੋਣੀਆਂ ਨਾ ਉਹ ਤੁਸੀਂ ਕਿ ਸਪੈਸ਼ਲੀ ਬੱਚਿਆਂ ਦੀਆਂ ਚੀਜ਼ਾਂ ਜਿਹੜੀਆਂ ਟੌイズ ਵਗੈਰਾ ਹੋਈਏ ਜਾਂ ਉਹਨਾਂ ਦੀ ਐਕਟੀਵਿਟੀਆਂ ਹੋਈਆਂ ਨਾ ਉਹ ਤੁਸਾਂ ਕੀ ਪਾਉਲੈਡ ਜਾਂ ਹੋਮ ਮਾਰਕੀਟਸ ਵਿੱਚੋਂ ਚੰਗੀ ਪ੍ਰਾਈਸ ਵਿੱਚ ਲੱਭ ਜੜੀਆਂ ਪਹਿਲੇ ਜਿਹੜਾ ਨਾ ਹੋਮ ਮਾਰਕੀਟਸ ਦੇ ਵਿੱਚ ਜਿਹੜਾ ਨਾ ਸਟੇਸ਼ਨਰੀ ਸੈਕਸ਼ਨ ਕਾਫੀ ਬੜਾ ਸਾ ਲੇਕਿਨ ਉਹ ਥੋੜਾ ਨਿੱਕਾ ਜਿਹਾ ਲਿਮਿਟਿਡ ਚੀਜ਼ਾਂ ਉਹਨਾਂ ਰੱਖਿਆ ਹੋੜੀਆਂ ਤਾਂ ਪਾਉਲੈਡ ਨਾਲ ਉਹ ਇੱਕਾਫੀ ਨਾਲ ਕੋਲ ਵੈਰਾਈਟੀ ਹੋਈਗੀ ਅਗੇ ਸਮਰ ਰਚਨਾ ਪਿਆ ਤਾਂ ਇਸਨੇ ਮਾਰਿਆ ਨਾ ਉਹਨਾਂ ਕਾਫੀ ਜ਼ਿਆਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਸਮਰੀ ਜੀਆਂ ਰੱਖੀਆਂ ਹੋਈਆਂ ਇਹ ਤੋਂ ਜਿਹੜੇ ਆਵਾਜ਼ ਜਿਹੜੇ ਨੇ ਕਾਫੀ ਕਿਊਟ ਸੇ ਅਸੀਂ ਫਿਰਿਆ ਨਾ ਸਤਾਏ ਕਿ ਬੁੱਕ ਕਿਊਟ ਲੱਗਿਆ ਸਿੱਡੀ ਕਿੰਨੇ ਕਿੱਸੇ ਪੰਨਾ ਇਸ ਲੱਗਣੇ ਸੇ ਕਾਉਂਟ ਲੈਡੀਜ਼ ਨਾਲ ਅਕਸਰ ਜਿਹੜੀਆਂ ਸੀਜ਼ਨਲ ਚੀਜ਼ਾਂ ਹਨ ਉਹ ਅਸ਼ਣੀਆਂ ਰਹਿੰਦੀਆਂ ਮੰਥਲੀ ਵੀ ਨਵੀਆਂ ਚੀਜ਼ਾਂ ਅਸ਼ਣੀਆਂ ਰਹਿੰਦੀਆਂ ਹਰ ਮਹੀਨੇ ਨਾ ਕੋਈ ਨਾ ਕੋਈ ਚੀਜ਼ ਇਥੇ ਨਵੀਂ ਅਛੜੀ ਰਹਿੰਦੀ ਹੈ ਤਾਂ ਇਸ ਮਦਰ ਨਾਲ ਹਰ ਮਹੀਨੇ ਵਿੱਚ ਨਾ ਕੋਈ ਡਿਫਰੈਂਟ ਚੀਜ਼ ਤੱਕਣ ਵਾਸਤੇ ਲੱਭਣੀ ਹੈ ਇਹ ਵਾਜ਼ੀਸ ਗ੍ਰੀਨ ਵਾਲੇ ਵੀ ਕਿ ਬੜੇ ਚੰਗੇ ਲੱਗੇ ਸੇ ਮਾਸ਼ੱਲਾ ਬਹੁਤ ਕਿਊਟ ਸੇ ਕਾਫੀ ਹੈਵੀ ਸੇ ਸੇਰਾਮਿਕਸ ਹੈ ਨਾ ਤਾਂ ਇਹ ਅੱਠਾ ਪੌਂਡਾ ਨੇ ਸੇ ਉਹ ਰੇਲ ਜਿਹੜੇ ਥੋੜੇ ਇਹ ਲਾਈਟ ਜਿਹੇ ਸੇ ਔਰ ਇਹ ਚੌਪਾ ਪੌਂਡਾ ਨੇ ਸੇ ਇਹ ਵੀ ਕਾਫੀ ਨਾਈਸ ਲੱਗਣੇ ਸੇ ਤੇ ਜਿੰਨੂੰ ਮੈਂ ਤੱਕੇ ਸੇ ਇਹਨਾਂ ਕੋਲ ਜੜਾ ਨਾ ਜੈਸੇ ਪਲਾਂਟ ਹੋਣੇ ਨਾ ਰੋਜ਼ੀਜ਼ ਵਾਲੇ ਔਰ ਫੁੱਲਾਂ ਵਾਲੇ ਜਿਤਨੇ ਵੀ ਹੋਣੇ ਨਾ ਉਹ ਗਰੋ ਕਰੀ ਤੇ ਰੱਖੇ ਸੇ ਦੋ ਪੌਣਾ ਨਾ ਇੱਕ ਦੇਣੇ ਸੇ ਉਹ ਤੋਂ ਮੈਂ ਤੱਕੇ ਸੇ ਕਾਫੀ ਚੰਗੇ ਲੱਗੇ ਸੇ ਆਰਗੇਨਾਈਜ਼ਰ ਵੀ ਮੇਰੇ ਕਾਫੀ ਚੰਗਾ ਲਗਾ ਸਾ ਲੇਕਿਨ ਮੇਰੇ ਪਤਾ ਆ ਇਹ ਦੋ ਦੇੜੇ ਇੱਕ ਅੱਡ ਸਿਕਾਰ ਕੇ ਇਹ ਆ ਜੀ ਚੀਜ਼ ਵੈਨਾ ਤਾਂ ਬੱਚੇ ਉੱਪਰ ਚੜੀ ਤੇ ਬਹੀ ਰਹੇ ਨੇ ਤੇ ਇਹਨਾਂ ਦੀ ਇਤਨੀ ਜਾਨ ਨਹੀਂ ਹੋਣੀ ਆ ਇਸ ਕੋਈ ਚੀਜ਼ ਰੱਖੀ ਤੇ ਕੁਸ ਹੈ ਚੇਰਾ ਵਗੈਰਾ ਰੱਖੀ ਸਕੋ ਤਾਂ ਫਿਰ ਰੱਖੀ ਸਕਦੇ ਹੋ ਤਾਂ ਇਹ ਲੈ ਆਰਗੇਨਾਈਜ਼ਰ ਕਾਫੀ ਜਿਹੜੀਆਂ ਬਾਸਕਟਸ ਆ ਨਾ ਇਹ ਕਾਫੀ ਸਟਰੋਂਗ ਸੀਆਂ ਇਹ ਲੀਆਂ ਠੀਕੀਆਂ ਬਸ ਗੁਜ਼ਾਰੇ ਲਾਈਕਸੀਆਂ ਇਤਨੀਆਂ ਸਟਰੋਂਗ ਨਹੀਂ ਉਹ ਜੜੀਆਂ ਗ੍ਰੇ ਵਾਲੀ ਕੇ ਨਾ ਉਹ ਕਾਫੀ ਸਟਰੋਂਗੀਆਂ ਲੰਮਾ ਟਾਈਮ ਕੱਟਸਨ ਕਈ ਚੀਜ਼ਾਂ ਜਿਸ ਨੇ ਵਿੱਚ ਚੰਗੀਆਂ ਲੱਗਣੀਆਂ ਲੇਕਿਨ ਜਿਹੜਾ ਇਸਤੇਮਾਲ ਕਰੋ ਨਾ ਉਸਲੇ ਪਤਾ ਲੱਗਣਾ ਕਿ ਇਤਨੀ ਕੁਆਲਿਟੀ ਨਹੀਂ ਹੈ ਤਾਂ ਇਸ ਮਾਰੇ ਜਿਹੜਾ ਨਾ ਇਹ ਲੈ ਤੋ ਕੋ ਜੜੇ ਨੇ ਗਲਾਸ ਜੇ ਇਹ ਅੰਦਰੋਂ ਸਟੀਲ ਨੇ ਕਾਫੀ ਚੰਗੇ ਸੇ ਇਹ ਵੀ ਨਵੀਂ ਕੁਆਲਿਟੀ ਵੀ ਕਿ ਚੰਗੇ ਲੱਗੇ ਸੀ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਸਮੂਦੀਜ਼ ਵਗੈਰਾ ਪੀਨੇ ਤਾਂ ਜਾਂ ਮਠੱਡਾ ਪਾਣੀ ਪੀ ਸਕਨੇ ਉਹ ਆਸਾਂ ਨਾ ਤਾਂ ਗਲਾ ਹੀ ਖਰਾਬ ਰਹਿਣਾ ਪੂਰਾ ਸਾਲ ਤਾਂ ਠੱਡੀ ਚੀਜ਼ ਜ਼ਿਆਦਾ ਖਾਈ ਪੀ ਨਾ ਸਕਨੇ ਤਾਂ ਇਹ ਲੈ ਵੀ ਨਿੱਕੀ ਨਿੱਕੀ ਬੋਲਜ਼ ਵਗੈਰਾ ਵੀ ਸੇਬ ਇਹ ਵੀ ਮਿੱਕੀ ਕਾਫੀ ਚੰਗੇ ਲੱਗੇ ਸੇ ਇਹ ਅਜੀਬ ਮੈਨਕੀ ਜੀ ਇੱਕ ਆਂਡੀ ਖੜੀ ਵੀ ਆ ਤਾਂ ਉਹ ਵੀ ਕਿਉਂ ਕਿਊਟ ਲੱਗਦੀ ਤਾਂ ਇਹ ਵੀ ਥੱਕ ਚੰਗੀ ਸੀ ਵਾਈਟ ਕਲਰ ਵਿੱਚ ਸੀ ਇਹ ਆ ਨਾ ਗਰਲਿਕ ਪ੍ਰੈਸ਼ਰ ਉਹ ਤਰਾ ਤਰ ਰਿਹਾ ਚੀਜ਼ਾਂ ਆਈ ਗਿਆ ਨਾ ਇਹਨਾਂ ਨੇ ਨਾਂ ਵੀ ਦਿੱਸ਼ ਦੇ ਐਵੇਂ ਆਦਾ ਸਭ ਕੀ ਚੰਗਾ ਲਗਾ ਸਾ ਕਿ ਚਲੋ ਇੱਕ ਦੋ ਗੁਲੀਆਂ ਬਾਈ ਨਾ ਅੰਡੀ ਵਿੱਚ ਘੁਰਾ ਤਾਂ ਫਿਰ ਇਹ ਚੰਗਾ ਰਹਿਣਾ ਕਿ ਤਾਂ ਮੈਂ ਲਗਰੀ ਵਿੱਚ ਚੁੱਟਦੀ ਆ ਤੇ ਜ਼ਿਆਦਾਤਰ ਤਾਂ ਮੈਂ ਫਰੋਜ਼ਨ ਯੂਜ਼ ਕਰੀ ਕਿੰਨੀ ਹੋਣੀ ਆ ਔਰ ਇਹ ਕੋਰਵੀ ਸਟੱਡਾ ਪੋਟੇਟੋ ਪ੍ਰੈਸਰ ਵੀ ਸਾ ਉਹ ਵੀ ਨਵੀਂ ਚੀਜ਼ ਹੀ ਪਹਿਲੇ ਨਹੀਂ ਤੱਕੀ ਅੱਗਿਆ ਉਹ ਮੈਸ਼ ਪੋਟੇਟੋ ਕਰਨੇ ਵਾਸਤੇ ਉਹ ਦਾ ਚਮਚਾ ਜਾ ਹੋਣਾ ਸਾ ਮਾੜੇ ਕੋ ਲੂਆ ਆ ਬੈ ਉਸਨੇ ਨਵੀਂ ਕਮ ਚਲੀ ਜਾਣਾ ਪਤਾ ਹੈ ਕਾਫੀ ਨਵੀਆਂ ਚੀਜ਼ਾਂ ਪੌਲੈਡੀ ਚ ਆਈਆਂ ਵੀ ਆ ਟਿਕਟਾਕ ਸ਼ਾਪ ਯੂਜ਼ ਕਰਦੇ ਹੋ ਨਾ ਤਾਂ ਉਸਨੇ ਪਰ ਇਹ ਜੀਆਂ ਚੀਜ਼ਾਂ ਬਸ ਕਿੱਲ ਬੜੀਆਂ ਆਈਆਂ ਤਾਂ ਹੁਣ ਪੌਲੈਡੀ ਚ ਵੀ ਇਹ ਸਾਰੀ ਵੈਰਾਈਟੀ ਆਈ ਗਈ ਹੈ ਰਚਨ ਦੀ ਕੁਆਲਿਟੀ ਵਾਲੀ ਚੀਜ਼ਾਂ ਮੈਂ ਜਿਹੜਾ ਆਨਲਾਈਨ ਸ਼ਾਪਿੰਗ ਕੋਲ ਬੜਾ ਵਿਕੀਟਰ ਲੱਗਣਾ ਮੈਂ ਕੋਸ਼ਿਸ਼ ਕਰਨੀ ਹੋਣੀ ਆ ਕਿ ਸ਼ਾਪਾਂ ਵਿੱਚ ਜਈ ਤੇ ਇਹ ਸ਼ਾਪਿੰਗ ਕਰਾਮੀ ਕਿ ਬੜਾ ਮਜ਼ਾ ਆchna ਚੀਜ਼ਾਂ ਕਿ ਆਪੜੀ ਅੱਖੀ ਨਾਲ ਤੱਕੀ ਤਾਂ ਪਸੰਦ ਕਰੀ ਤਾਂ ਆਣਾ ਇਸ ਤਰ੍ਹਾਂ ਆਨਲਾਈਨ ਤੁਸੀਂ ਤੱਕਣਾ ਕਿ ਜੋ ਰਿਓ ਤਾਂ ਜਲੇ ਸ਼ਿਕਾਰ ਅਸ਼ਲੀ ਚੀਜ਼ ਕੁਝ ਹੋਰ ਨਿਕਣਾ ਔਰ ਇਹ ਸਾਰੇ ਜਿਹੜੇ ਨਾਨ ਸਟਿਕ ਬਰਤਨ ਵੀ ਥਾ ਇਹਨਾਂ ਕੁਲ ਕਾਫੀ ਥੇ ਮਤਲਬ ਸਾਈਜ਼ ਵੀ ਕਾਫੀ ਬੜੇ ਆਂਡੀਆਂ ਨੇ ਲੇਕਿਨ ਮੈਂ ਜਿਹੜਾ ਨਾ ਕੋਸ਼ਿਸ਼ ਕਰਨੀ ਹੈ ਵੀ ਹੁਣ ਨਾਨ ਸਟਿਕ ਬਰਤਨ ਅਵੋਇਡ ਕਰਨੇ ਨੇ ਕਿਉਂਕਿ ਕੈਮੀਕੀ ਇੰਨਾ ਨਾ ਖਾਣਾ ਪਸੰਦ ਨਹੀਂ ਹਰ ਬੰਦੇ ਦਾ ਆਪਣਾ ਐਕਸਪੀਰੀਅੰਸ ਹੋਣਾ ਪਰ ਮਾੜਾ ਪਰਸਨਲ ਐਕਸਪੀਰੀਅੰਸ ਆ ਵੀ ਕੀ ਲੱਗਣਾ ਕਿ ਇਸ ਦੇ ਵਿੱਚ ਇਹ ਤਾਂ ਆਪਣੇ ਹੈਲਥ ਵਾਈਜ਼ ਵੀ ਇਤਨੇ ਚੰਗੇ ਨਹੀਂ ਹੋਣੇ ਦੂਸਰਾ ਇਹ ਜੇ ਵੀ ਕਿ ਜੜਾ ਨਾ ਇਹਨਾਂ ਨੂੰ ਖਾਣਾ ਇਤਨਾ ਪਸੰਦ ਨਹੀਂ ਹੁੰਦਾ ਇਹ ਸਾਰੇ ਆਰਗੇਨਾਈਜ਼ਰ ਏ ਕਿਚਨ ਤੁਸਾਂ ਆਰਗੇਨਾਈਜ਼ ਕਰਨੀ ਜਾਂ ਕੋਈ ਹੋਰ ਕਰਿਆਨਾ ਕੋਰਨਰ ਜਿਸ ਕਿ ਆਰਗੇਨਾਈਜ਼ ਕਰਨਾ ਤਾ ਉਸ ਉਸਦੇ ਵਾਸਤੇ ਤੁਸਾਂ ਇਹ ਲਈ ਜਾਰ ਕੀ ਲੈ ਸਕਦੇ ਹੋ ਇਹ ਜਿਹੜੇ ਡਿੱਕੇ ਜਾਰ ਹੈ ਨਾ ਇਹ ਆਖੀਆ ਵਿੱਚ ਲੱਭਣੇ ਹੋੜੇ ਸੀ ਤਾਂ ਹੁਣ ਤੱਕ ਕੋ ਪੌਵਲਡ ਵੀ ਪਹੁੰਚੀ ਆਈ ਇਹ ਲਈ ਵੀ ਇਸ ਤਰ੍ਹਾਂ ਨੇ ਮੈਂ ਆ ਗਾਮ ਦੇ ਸੇਪ ਕਿ ਉਹ ਡਿੱਕੇ ਸੇ ਥੋੜੇ ਇਸਨੇ ਢਾਲੂ ਲੇਕਿਨ ਕੁਆਲਿਟੀ ਵਾਇਸ ਇਹ ਕਾਫੀ ਅੱਛੇ ਮਾਸ਼ਾਅੱਲਾ ਡਿਫਰੈਂਟ ਸਾਈਜ਼ਸ ਥੇ ਡਿਫਰੈਂਟ ਸ਼ੇਪ ਵੀ ਥੇ ਨਾ ਹੈਲੀ ਕੋਈ ਨਵੀਂ ਚੀਜ਼ ਲਗੀ ਸੀ ਵੀ ਕੀ ਇਹ ਬੈੱਡ ਸਪਰੈਡ ਹੈ ਥਰੋਸ ਹੁਣੇ ਹੁਣੇ ਅੱਗੇ ਮੈਂ ਤੱਕੇ ਸੀ ਲੇਕਿਨ ਇਹ ਬੈੱਡ ਸਪਰੈਡ ਮੈਂ ਪਹਿਲੀ ਦਫਾ ਤੱਕੇ ਥਾ ਤਾਂ ਇਹਨਾਂ ਦੀ ਕੁਆਲਿਟੀ ਵੀ ਕਾਫੀ ਚੰਗੀ ਲੱਗਨੀ ਸੀ ਕਾਫੀ ਡਿਫਰੈਂਟ ਡਿਜ਼ਾਈਨ ਔਰ ਕਲਰ ਵਿੱਚ ਵੀ ਇਹਨਾਂ ਕੋਲ ਥੇ ਸੇ ਮਾਸ਼ੱਲਾ ਔਰ ਇਹ ਸਾਰੇ ਜਿਹੜੇ ਪਿੱਲੋ ਕਵਰ ਸੇ ਕਾਫੀ ਡਿਫਰੈਂਟ ਡਿਜ਼ਾਈਨ ਸੇ ਬੜੇ ਕਿਊਟ ਜਿਹੇ ਸੇ ਤੇ ਪ੍ਰਾਈਸਾਂ ਲੜ ਗਿਆ ਇੰਨੜੇ ਕਿ ਸਾਰੀਆਂ ਨੇ ਡਿਫਰੈਂਟ ਕਿ ਇੱਕ ਹੈ ਜੀ ਪ੍ਰਾਈਸ ਦੀ ਆ ਕਿਤੇ ਇਤਨੇ ਮਹਿੰਗੇ ਵੀ ਕਿ ਲੱਗ ਰਿਹਾ ਸੀ ਕਿ ਮੈਂ ਲੱਗ ਮੈਂ ਸੋਚਿਆ ਕਿ ਪਿੱਲੋ ਸਮੇਤ ਕਿਹਨੋਤਾ ਉਹ ਜ਼ਿਆਦਾ ਸਸਤਾ ਪੈਸੀ ਜਿਹੜਾ ਹਾਲੀ ਪਿੱਲੋ ਕਵਰ ਨਹੀਂ ਇਤਨੀ ਪ੍ਰਾਈਸ ਸੀ ਤੇ ਕਲਰ ਜਿਹੜੇ ਨਾ ਬੜੇ ਲਾਈਟ ਜੇ ਕਲਰ ਹੈ ਚੰਗੇ ਲੱਗਣਗੇ ਜਿਹੜੇ ਕਲਰ ਜ਼ਿਆਦਾਤਰ ਬੰਦੇ ਯੂਜ਼ ਕਰਦੇ ਤਾਂ ਇਹ ਨਾ ਇਹ ਕਾਫੀ ਚੰਗੇ ਲੱਗਨੇ ਸੇ ਤਾਂ ਇਹ ਸਾਰੇ ਥਰੋਜ਼ ਇਹ ਵੀ ਬੀ ਕੀ ਕਾਫੀ ਚੰਗੇ ਲੱਗੇ ਸੇ ਤਾਂ ਇਹ ਸਾਰੇ ਜਿਹੜੇ ਨਾ ਬੱਚਿਆਂ ਦੀ ਸਟੇਸ਼ਨਰੀ ਸੈਕਸ਼ਨ ਜਿਹੜਾ ਆ ਉਹ ਆ ਇਸ ਦੇ ਵਿੱਚ ਤੁਸੀਂ ਕਾਫੀ ਐਕਟੀਵਿਟੀਆਂ ਆਪੋ ਬਣਾਈ ਸਕਦੇ ਹੋ ਬੱਚਿਆਂ ਵਾਸਤੇ ਬੱਚਿਆਂ ਕੇ ਐਂਟਰਟੇਨ ਕਰਨੇ ਵਾਸਤੇ ਤਾਂ ਇਹ ਮੈਂ ਤਕਰੀਸ ਹੀ ਆਪਣੀ ਠਾਈ ਪਰ ਕੁਝ ਚੀਜ਼ਾਂ ਬਚਾਈਆਂ ਫਿਰ ਮੈਂ ਬੁੜੀ ਰੱਖੀ ੜੀਆਂ ਕਿਉਂਕਿ ਫਿਰ ਅਬ ਬਟਰੀ ਲਈ ਯੂਸ ਨਹੀਂ ਕਰਨਾ ਜਾਂ ਜ਼ਿਆਦਾ ਬੱਸ ਕਰਨਾ ਫਿਰ ਉਸੇ ਵਿੱਚ ਚੈਲ ਚੀਜ਼ਾਂ ਸਾਰਗਣ ਚਾਹੀਦੀ ਤਾਂ ਮੈਂ ਨਹੀਂ ਫਿਰ ਸੱਟ ਨਹੀਂ ਆ ਘੜ ਮੜੀ ਉਹ ਵੇਸਟ ਹੋ ਜਾਣਾ ਫਿਰ ਤਾਂ ਇਸ ਮਾਰੋ ਜੜਾ ਨਾ ਮੈਂ ਉਹ ਅੱਛੀ ਜਾਨ ਲਿਮਟਿਡ ਖੜਸਾ ਜਿਹੜੇ ਬੱਚੇ ਇਸਤੇਮਾਲ ਕਰਨ ਉਸਨੇ ਸੁਬਾਤ ਜਾਣਾ ਆ ਫਿਰ ਨੈਕਸਟ ਐਕਟੀਵਿਟੀ ਬਨਾਇਆ ਕਰਸਾ ਨੇ ਉਹ ਇਸ ਤਰ੍ਹਾਂ ਕਰਸਾ ਵਕਤ ਵਕਤ ਦੀ ਗੱਲ ਹੈ ਅੱਜ ਕੱਲ੍ਹ ਨੂੰ ਬੱਚਿਆਂ ਕੀ ਆਜ ਕਿਸ ਬਜੇਸਰ ਗਿਆ ਤਾਂ ਉਹਨਾਂ ਕੀ ਕਦਰ ਕੋਣ ਗਿਆ ਤਾਂ ਅਸਾਂ ਨਿੱਕੇ ਹੋਣੇ ਸੀ ਨਾ ਕੋਈ ਸਟੇਸ਼ਨਰੀ ਜਾਂ ਕੋਈ ਕਿਤਾਬਾਂ ਦੀ ਬੁੱਕਾਂ ਵਿੱਚ ਜਾ ਨਾ ਤਾਂ ਇਤਨਾ ਐਕਸਾਈਟਡ ਹੋਈਤਾ ਇਹ ਚੀਜ਼ਾਂ ਤੱਕੜੇ ਹੋਣੇ ਸੀ ਆਪ ਵੀ ਕਿ ਬੁੱਕ ਸ਼ੌਕ ਹੋਣਾ ਸਾ ਕਿਤਾਬਾਂ ਵੀ ਪੜਨੇ ਨਾ ਮੋਟੀਵੇਸ਼ਨਲ ਕਹਾਣੀਆਂ ਵਾਲੀਆਂ ਕਿਤਾਬਾਂ ਇਵਨ ਨਿਊਜ਼ਪੇਪਰ ਵੀ ਜਿਹੜੇ ਮਾਡੇ ਦਾਦਾ ਅੰਨੇ ਹੋਣੇ ਸਪੈਸ਼ਲ ਮਾੜੇ ਵਾਸਤੇ ਕਿ ਉਸਰੇ ਵਿੱਚ ਇੱਕ ਸਟੋਰੀ ਬੱਚਿਆਂ ਵਾਸਤੇ ਸ਼ਾਇਆ ਹੋਣੀ ਹੋਣੀ ਸੀ ਤਾਂ ਮੈਂ ਉਹ ਪੜਨੀ ਹੋਣੀ ਸੀ ਬੜੇ ਸ਼ੌਕ ਨਾਲ ਤਾਂ ਉਹਨੇ ਬੱਚੇ ਕੇ ਆਈਨਾ ਕੋਈ ਸ਼ੌਂਕ ਹੈ ਕੋੜੀ ਰਿਆ ਕਿ ਜੀਵਿਕਰਨੇਣਾ ਔਰ ਇਹ ਗਾਰਡਨਿੰਗ ਸੈਕਸ਼ਨ ਆ ਇੱਥਾ ਕਾਫੀ ਸਾਰੀਆਂ ਚੀਜ਼ਾਂ ਆ ਫੁੱਲਾਂ ਲੇ ਬੂਟੇ ਛੂਟੇ ਜਿਹੜੇ ਲਾਨੇ ਤੁਸਾਂ ਤਾਂ ਉਹਨਾਂ ਵਸਤੇ ਵੀ ਬੀ ਵੀ ਥੇ ਸੇ ਤੇ ਜਿਹੜੇ ਗਰੋ ਹੋਏ ਵੇ ਨਾ ਉਹ ਵੀ ਤੁਸਾਂ ਕਿ ਲੱਭ ਜਾੜੇ ਜਿਸ ਤਰ੍ਹਾਂ ਮਰਜ਼ੀ ਆ ਤੁਸਾਂ ਆੜੀਤਾ ਆਪਣੇ ਗਾਰਡਨ ਕੀ ਖੂਬਸੂਰਤ ਬਣਾਈ ਸਕਨੇ ਹੋ ਚਲੋ ਜੀ ਠੀਕ ਹੈ ਅੱਜ ਦੀ ਵੀਡੀਓ ਮੈਂ ਇੱਥੇ ਖਤਮ ਕਰਨੀਆ ਇਨਸ਼ਾਅੱਲਾ ਅਗਲੀ ਵੀਡੀਓ ਵਿੱਚ ਫਿਰ ਮਿਲਸਾਂ ਥੈਂਕ ਯੂ ਸੋ ਮੱਚ ਫॉर ਵਾਚਿੰਗ ਨੈਕਸਟ ਵੀਡੀਓ ਤੱਕ ਅੱਲਾ ਹਾਫਿਜ਼